ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਇੰਜੀਨੀਅਰ ਗੁਰਵਿੰਦਰ ਸਿੰਘ ਅੱਜ ਦੀ ਇਸ ਵੀਡੀਓ 'ਚ ਆਪਾਂ ਦੇਖਦੇ ਆਂ ਜੋ ਬਾਸਬਤੀ ਦੀ ਨਵੀਂ ਵੈਰੈਟੀ ਆਈ ਹੈ ਪੂਸਾ ਬਾਸਬਤੀ 1885 ਤਾਂ ਇਹ ਬਾਸਬਤੀ ਦੀ ਬਹੁਤ ਜ਼ਿਆਦਾ ਮੰਗ ਚੱਲ ਰਹੀ ਹੈ ਮਾਰਕੀਟ ਦੇ ਵਿੱਚ ਅੱਜਕੱਲ ਜੋ ਪੂਸਾ ਬਾਸਬਤੀ 1885 ਆ ਜਾਂ ਬਾਸਬਤੀ 1886 ਆ ਜਾਂ 1847 ਇਹ ਤਿੰਨੇ ਵੈਰੈਟੀਆਂ ਆਈਐਸਆਰ ਆਈ ਵੱਲੋਂ ਇੱਕੀ ਵਿੱਚ ਜੋ ਨਵੀਆਂ ਰਿਲੀਜ਼ ਕੀਤੀ ਗਈਆਂ ਤਾਂ ਜਿਹੜੀ ਪੂਸਾ ਬਾਸਵਤੀ 1885 ਹੈ ਇਹ ਪੂਸਾ ਬਾਸਵਤੀ ਜੋ 1121 ਸੀ ਉਸ ਦੀ ਈਸੋਧ ਹੈ 11 ਵਿੱਚ ਦੋ ਨਵੀਆਂ ਜੀਨਸ ਜੋ ਕਿ ਬੈਕਟੀਰੀਅਲ ਬਲਾਈਟਸ ਤੇ ਬਲਾਸਟ ਡਿਜ਼ੀਜ਼ ਨੂੰ ਰੋਕਦੀਆਂ ਨੇ ਉਹਨਾਂ ਦੋਵਾਂ ਡਿਜ਼ੀਜ਼ ਨੂੰ ਰੋਕਣ ਲਈ ਦੋ ਜੀਨਸ ਦੀ ਵਰਤੋਂ ਕੀਤੀ ਗਈ ਨਵੀਂ ਜੀਨਸ ਐਡ ਕੀਤੀ ਗਈ ਇਸ ਵਿੱਚ ਵਿੱਚ ਤਾਂ ਜੋ ਇਹ ਦੋ ਬਿਮਾਰੀਆਂ ਤੋਂ ਲਰਸਕੀ ਬਾਕੀ ਜੋ ਇਹਦੇ ਕਰੈਕਟਰ ਆ ਉਹ ਸੇਮ ਯਾਰਾਕੀ ਵਾਲੀ ਆ ਇਸ ਦਾ ਜੋ ਕੱਦ ਆ ਉਹ 120 ਸੈਂਟੀਮੀਟਰ ਤੱਕ ਹੁੰਦਾ ਦੇਣ ਵੀ 140 ਤੋਂ 145 ਤੱਕ ਲੈਂਦੀ ਹੈ ਸੇਮ ਯਾਰਾਕੀ ਵਾਂਗ ਤਾਂ ਇਸ ਦੀ ਜੋ ਆਪਾਂ ਲਾਭ ਕਹਿ ਲਈਏ ਜਾਂ ਇਸ ਦੀਆਂ ਵਿਸ਼ੇਸ਼ਤਾਵਾਂ ਇਹ ਹੀ ਹੈ ਕਿ ਇਸ ਨੂੰ ਆਪਾਂ ਨੂੰ ਜੋ ਬੈਕਟੀਰੀਅਰ ਬਲਾਈਟਸ ਆ ਜਾਂ ਫਿਰ ਜੋ ਬਲਾਸਟ ਹੈ ਜੋ ਆਪਾਂ ਨੂੰ ਯਾਰਾਂ ਕੀ ਨੂੰ ਬਹੁਤ ਜ਼ਿਆਦਾ ਆਉਣ ਲੱਪਿਆ ਹੁੰਦਾ ਉਸ ਨੂੰ ਰੋਕਣ ਲਈ ਕੋਈ ਇਸ ਨੂੰ ਸਪਰੇ ਨਹੀਂ ਕਰਨੀ ਪੈਂਦੀ ਕਿਉਂਕਿ ਜੇ ਆਪਾਂ ਉਸ ਨੂੰ ਸਪਰੇ ਕਰਦੇ ਹਾਂ ਤਾਂ ਯਾਰਾਂ ਕੀ ਵਿੱਚ ਤੁਹਾਨੂੰ ਪਤਾ ਕੁਆਲਿਟੀ ਬਹੁਤ ਖਰਾਬ ਹੋ ਜਾਂਦੀ ਹੈ ਤਾਂ ਇਸ ਦੀ ਕੁਆਲਿਟੀ ਬਹੁਤ ਵਧੀਆ ਰਹੇਗੀ ਪਰ ਗੱਲ ਇਹ ਹੈ ਕਿ ਜੋ 1885 ਹੈ ਇਹ ਹੈ ਪਿਛਲੇ ਸਾਲ ਕਿਉਂਕਿ ਦੋਰੇਕੀ ਵਿੱਚ ਦੇ ਲਾਂਚ ਹੋਈ ਹੈ ਦੋ ਸਾਲ ਜਿਹੜੇ ਇੱਕ ਬਹੁਤ ਘੱਟ ਲੱਗੀ ਹੋਈ ਹੈ 18 ਜੋ 47 ਸੀ ਉਹ ਬਹੁਤ ਜ਼ਿਆਦਾ ਲੱਗੀ ਸੀ ਪਿਛਲੇ ਸਾਲ ਤਾਂ ਹੋ ਸਕਦਾ ਇਸ ਦਾ ਬੀਜ ਸਹੀ ਮਿਲੇ ਹੋ ਸਕਦਾ ਸਹੀ ਨਾ ਮਿਲੇ ਕਿਉਂਕਿ 1121 ਵਾਂਗ ਦਿਖਦੀ ਹੈ 11 ਕੀ ਦਾ ਸੇਮ ਬੀਜ ਮਿਲ ਸਕਦਾ ਤੇ ਤੁਸੀਂ ਜੇਕਰ ਲਾਣੀ ਆ ਤਾਂ ਟ੍ਰਾਇਲ ਦੇ ਰੂਪ ਵਿੱਚ ਲਾ ਸਕਦੇ ਜੀ ਸਾਰੀ ਲਾ ਕੇ ਨਾ ਦੇਖਿਓ ਕਿਉਂਕਿ ਬੀਜ ਦਾ ਅਸਲੀ ਨਗਲੀ ਦਾ ਵੀ ਨਹੀਂ ਪਤਾ ਜੀ ਜਿਹੜੇ 11 ਕੀ ਨੂੰ ਲਗਾਉਂਦੇ ਆ ਉਹ ਇਸ ਦਾ ਟ੍ਰਾਇਲ ਲਾ ਸਕਦੇ ਬਹੁਤ ਵਧੀਆ ਜੇਕਰ ਤੁਹਾਨੂੰ ਵਧੀਆ origignal beam ਮਿਲ ਰਿਹਾ 1885 ਦਾ ਤਾਂ ਹੈਗੀ ਇਹ ਸੇਮ ਬਾਕੀ ਜੋ ਹੈ ਜੋ ਇਸ ਦੇ ਗੋਣੇ ਔਰ ਸੇਮ ਜਿਹੜਾਂ ਕੀ ਵਾਂਗੀ ਹੈ ਤੇ ਪਨੀਰੀ ਇਸ ਦੀ ਹੈ ਜੋ ਉਹ 21-22 ਦਿਨ ਤੋਂ ਬਾਅਦ ਤੁਸੀਂ ਇਸ ਦੀ ਪਨੀਰੀ ਲਗਾਓਗੇ 30 ਦਿਨ ਦੇ ਵਿੱਚ ਵਿੱਚ ਤਾਂ ਬਹੁਤ ਵਧੀਆ ਝਾੜ ਦੇਗਾ ਜੇਕਰ ਆਪਾਂ ਝਾੜ ਦੀ ਗੱਲ ਕਰੀਏ ਤਾਂ ਝਾੜ ਪਿਛਲੇ ਸਾਲ ਜੋ ਕਿਸਾਨ ਵੀਰਾਂ ਨੇ ਲਗਾਈ ਸੀ ਤਾਂ 25 ਤੋਂ 26 ਕੁਇੰਟਲ ਝਾੜ ਦੇਦਾ ਦੱਸ ਰਹੇ ਜੋ ISARI ਦੱਸਦੀ ਹੈ ਉਹ ਤਾਂ ਤਕਰੀਬਨ 19 ਤੋਂ 20 ਕੁਇੰਟਲ ਝਾੜ ਦੇਦਾ ਦੱਸਦੀ ਹੈ ਪਰ ਆਪਣੇ ਕਿਸਾਨ ਵੀਰ ਜੋ ਆਪਣੇ ਖੇਤਾਂ ਵਿੱਚ ਇਸ ਦੀ ਜੋ ਝਾੜ ਕੋਈ ਵੀ ਵੈਰੈਟੀ ਉਸ ਦਾ ਜ਼ਿਆਦਾ ਹੀ ਆਉਂਦਾ ਤੁਹਾਨੂੰ ਪਤਾ ਹੈ ਤਾਂ ਮੀਡੀਅਮ ਡਿਊਰੇਸ਼ਨ ਵਾਲੀ ਰੈਡੀ ਹੈ ਇਸ ਨੂੰ ਆਪਾਂ ਦਿੱਲੀ ਪੰਜਾਬ ਤੇ ਹਰਿਆਣਾ ਤਿੰਨਾਂ ਸਟੇਟ ਵਿੱਚ ਲਾ ਸਕਦੇ ਹਾਂ ਤੇ ਅਗਰ ਆਪਾਂ ਇਸ ਦੀ ਬੁਝਾਈ ਦੀ ਗੱਲ ਕਰੀ ਜਾਂਦਾ ਜੇਕਰ ਤੁਸੀਂ 1 ਜੂਨ ਤੋਂ 10 ਜੂਨ ਦੇ ਵਿੱਚ ਇਸ ਦੀ ਪਨੀਰੀ ਦੀ ਬੁਝਾਈ ਕਰਦੇ ਹੋ ਤਾਂ ਬਹੁਤ ਵਧੀਆ ਅਕਤੂਬਰ 30 ਤੱਕ ਅਗਰ ਤੁਸੀਂ 10 ਜੂਨ ਦੀ ਬੁਝਾਈ ਕਰਦੇ ਹੋ ਤਾਂ ਅਕਤੂਬਰ 30 ਤੱਕ ਇਹ ਪੱਕ ਕੇ ਤਿਆਰ ਹੋ ਜਾਏਗੀ ਅਗਰ ਤੁਸੀਂ 1 ਜੂਨ ਨੂੰ ਕਰਦੇ ਹੋ ਤਾਂ ਵੀ ਅਕਤੂਬਰ 20 ਤੋਂ 25 30 ਦੇ ਵਿੱਚ ਵਿੱਚ ਇਹ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਇਸ ਟਾਈਮ ਇਸ ਸਮੇਂ ਜੇ ਤੁਸੀਂ ਇਸ ਵੈਰਾਈਟੀ ਦੀ ਪਨੀਰੀ ਦੀ ਬਜਾਈ ਕਰੋਗੇ ਤਾਂ ਬਹੁਤ ਵਧੀਆ ਝਾੜ ਰਹੇਗਾ ਇਸ ਤੋਂ ਪਹਿਲਾਂ ਕਰੋਗੇ ਤਾਂ ਉਹ ਵੀ ਝਾੜ ਫਰਕ ਪਏਗਾ ਬਸ ਇਸ ਤੋਂ ਬਾਅਦ ਜੇਕਰ ਕਰੋਗੇ ਤਾਂ ਵੀ ਝਾੜ ਦਾ ਫਰਕ ਪਏਗਾ ਬਾਕੀ ਅਗਰ ਇਸ ਦੇ ਰੇਡ ਦੀ ਗੱਲ ਕਰੀਏ ਤਾਂ ਸੇਮ 1121 ਵਾਲਾ ਰੇਡ ਹੀ ਹੈ ਪਰ ਪਿਛਲੇ ਸਾਲ ਬਹੁਤ ਘੱਟ ਲੱਗਣ ਕਰਕੇ ਇਸ ਦੀ ਆਪਾਂ ਪੁਖਤਾ ਜਾਣਕਾਰੀ ਨਹੀਂ ਆਪਾਂ ਕਹਿ ਸਕਦੇ ਕਿ ਜਾਰਾ ਕਿਹਦੇ ਰੇਟ ਤੇ ਹੀ ਵਿਕੇਗੀ ਜਾਂ ਫਿਰ 16 17 ਦੇ ਰੇਟ ਤੇ ਵਿਕੇਗੀ ਇਹ ਤਾਂ ਇਸ ਸਾਲ ਅਗਰ ਲੱਗੇਗੀ ਜਾਰਾ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਮਾਰਕੀਟ ਦੇ ਵਿੱਚ ਮੰਡੀ ਦੇ ਵਿੱਚ ਇਸ ਦੀ ਜਿਆਦਾ ਹੋਏਗੀ ਆਮਦ ਤਾਂ ਆਪਾਂ ਰੇਟ ਦਾ ਫਾਈਨਲ ਇਸ ਸਾਲ ਦਾ ਸਕਦੇ ਹਾਂ ਵੀ ਕੀ ਇਸ ਦਾ ਰੇਟ ਲੱਗ ਰਿਹਾ ਬਾਕੀ ਕਿਸਾਨ ਵੀਰੋ ਜਿਨ੍ਹਾਂ ਨੇ ਪਿਛਲੇ ਸਾਲ ਇਸ ਦੀ ਬਜਾਈ ਕੀਤੀ ਸੀ ਕ੍ਰਿਪਾ ਕਰਕੇ ਪਲੀਜ਼ ਹੇਠਾਂ ਕਮੈਂਟ ਕਰਕੇ ਆਪਣਾ ਜੋ ਝਾੜ ਹੈ ਜੋ ਰੇਟ ਲੱਗਿਆ ਕੋਈ ਇਸ ਦੀ ਕੋਈ ਪ੍ਰੋਬਲਮ ਆਈ ਬਜਾਈ ਦੇ ਵਿੱਚ ਜਾਂ ਕੋਈ ਸਪਰੇਅ ਕਰਨ ਦੀ ਲੋੜ ਪਈ ਤਾਂ ਜਰੂਰ ਦੱਸਿਓ ਕਿਉਂਕਿ ਆਪਣਾ ਜੋ ਚੈਨਲ ਹੈ ਇਹ ਇੱਕ ਮੀਡੀਅਮ ਹੈ ਆਪਾਂ ਕਿਸਾਨਾਂ ਦੇ ਵਿੱਚ ਆਪਣੀ ਮੈਂ ਆਪਣੀ ਜੋ ਹੈਗੀ ਨੌਲੇਜ ਨਹੀਂ ਦੇ ਸਕਦਾ ਤੁਸੀਂ ਸਾਰੇ ਆਪਣੀ ਆਪਣੀ ਨੌਲੇਜ ਦੇ ਸਕਦੇ ਲੈ ਵੀ ਸਕਦੇ ਹੋ ਤਾਂ ਕਮੈਂਟ ਨੀچے ਜਰੂਰ ਕਰਿਆ ਕਰੋ ਕਮੈਂਟ ਦੇ ਨਾਲ ਕੋਈ ਕਿਸਾਨ ਦੱਸਦਾ ਵਾ ਕੋਈ ਕਿਸਾਨ ਪੁੱਛਦਾ ਵਾ ਤਾਂ ਆਪਣਾ ਆਪਣੇ ਨੌਲੇਜ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਤਾਂ ਕਮੈਂਟ ਜਰੂਰ ਕਰਿਓ ਜਿੰਨਾਂ ਨੇ ਪਿਛਲੇ ਸਾਲ ਇਸ ਦੀ ਬਿਜਾਈ ਕੀਤੀ ਹੈ ਤਾਂ ਰੇਟ ਕੀ ਲੱਗਾ ਝਾੜ ਕਿੰਨਿਖ ਲਿਆ ਕੀ ਕੀ ਪ੍ਰੋਬਲਮ ਆਈ ਕੀ ਕੀ ਇਸ ਦੇ ਵਿਸ਼ੇਸ਼ਤਾਵਾਂ ਰਹੀਆਂ ਉਹਨਾਂ ਨੇ ਕੀ ਕੀ ਦੇਖਿਆ ਤਾਂ ਇਸ ਬਾਰੇ ਜਰੂਰ ਦੱਸਿਓ ਬਾਕੀ ਅਗਰ ਮੈਨੂੰ ਇਸ ਦਾ origignal ਬੀਜ ਮਿਲਿਆ ਤਾਂ ਮੈਂ ਵੀ ਐਜ਼ ਏ ਟ੍ਰਾਇਲ ਤੇ ਬੀਜ ਤੇ ਇਸ ਨੂੰ ਲਗਾਵਾਂਗਾ ਤੇ ਤੁਹਾਨੂੰ ਨਾਲ ਦੇ ਨਾਲ ਜਾਣਕਾਰੀ ਦਿੰਦਾ ਰਵਾਂਗਾ ਤੇ ਚੈਨਲ ਦੇ ਨਾਲ ਬਣੇ ਰਹੋ ਬਾਕੀ ਲਾਸਟ ਦੇ ਮੈਂ ਤਾਂ ਇਹੀ ਕਹਾਂਗਾ ਕਿ ਤੁਸੀਂ ਇਸ ਨੂੰ ਲਗਾ ਸਕਦੇ ਜੇ ਬੀ ਵਧੀਆ ਮਿਲ ਰਿਹਾ ਤਾਂ ਠੀਕ ਹੈ ਨਹੀਂ ਤੇ ਟ్రਾਇਲ ਦੇ ਬੇਸ ਤੇ ਲਗਾਓ ਇਸ ਨੂੰ ਆਪਣਾ ਜੋ ਸਪਰੇਅ ਦਾ ਖਰਚਾ ਜੋ 1121 ਤੇ ਆਉਂਦਾ ਉਹ ਘੱਟ ਹੋ ਜਾਏਗਾ ਝਾੜ ਆਪਣਾ ਵੱਧ ਜਾਏਗਾ ਤਾਂ ਇੰਪਰੂਵਡ ਵੈਰਾਈਟੀ ਹੈ ਇੰਪਰੂਵਡ ਵਰਜਨ ਹੈ 1121 ਦਾ ਤਾਂ ਆਪਾਂ ਨੂੰ ਇਸ ਨੂੰ ਲਗਾ ਕੇ ਦੇਖਣਾ ਚਾਹੀਦਾ ਤਾਂ ਹੀ ਅਗਾ ਅਗਲੇ ਸਾਲਾਂ ਵਿੱਚ ਆਪਾਂ ਇਸ ਨੂੰ ਵੱਡੇ ਪੱਧਰ ਤੇ ਲਗਾਵਾਂਗੇ ਤਾਂ ਮੇਰੀ ਇਸ ਵੀਡੀਓ ਵਿੱਚ ਇੰਨਾ ਹੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ